ਸਲਾਮ ਅਲੈਕਮ। ਹਾਂਜੀ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਸਾਰੇ ਦੋਸਤ ਭਰਾ ਠੀਕ ਹੋਣਗੇ, ਫਿੱਟ ਫਾਟ ਹੋਣਗੇ, ਕੰਮਾਂ ਛੰਮਾਂ 'ਤੇ ਜਾ ਰਹੇ ਹੋਣਗੇ। ਅਤੇ ਅੱਜ ਤਾਂ ਗਰਮੀ ਵੀ ਬਹੁਤ ਜ਼ਿਆਦਾ ਸੀ, ਠੀਕ ਹੈ, ਤੁੰਨ ਕੇ ਗਰਮੀ ਸੀ, ਇਸ ਲਈ ਜ਼ਰਾ ਵੀਡੀਓ ਬਣਾਉਣ ਦੇ ਵਿੱਚ ਲੇਟ ਹੋ ਗਿਆ। ਹੁਣ ਹੀ ਜ਼ਰਾ ਸੂਰਜ ਚੈੱਕ ਕਰੋ, ਜ਼ਰਾ ਥੋੜ੍ਹਾ ਜਿਹਾ ਥੱਲੇ ਹੋਇਆ, ਅਤੇ ਕੋਈ ਵੀਡੀਓ ਬਣਾਉਣ ਦਾ ਜ਼ਰਾ ਚਾਂਸ ਮਿਲ ਗਿਆ। ਅਤੇ ਦਿਨੇ ਧੁੱਪ ਹੀ ਇੰਨੀ ਜ਼ਿਆਦਾ, ਟਾਈਮ ਨਹੀਂ ਲੱਗਦਾ ਹੈਗਾ। ਵਿਆਹ ਚੈੱਕ ਕਰੋ, ਇੱਧਰ ਮੁਰਗਾ ਵੀ ਉੱਤੇ ਆ ਗਿਆ, ਮੁਰਗਾ ਬੜਾ ਕੌੜਾ ਹੋਇਆ ਅੱਜ, ਠੀਕ ਹੈ, ਇੰਝ ਉੱਡ ਉੱਡ ਕੇ ਲੱਤਾਂ ਨੂੰ ਪੈਣ ਡਿਆ, ਜਿਵੇਂ ਸਵਾਦ ਉੱਡ ਉੱਡ ਕੇ ਲੱਤਾਂ ਨੂੰ ਪੈ ਰਿਹਾ, ਜਿਵੇਂ ਸਵਾਦ ਦਾ ਕੰਮ ਹੈ, ਠੀਕ ਹੈ। ਮੈਂ ਤੁਹਾਨੂੰ ਇਹਦਾ ਸ਼ੂਗਰ ਚੈੱਕ ਕਰਾਉਂਦਾ, ਵੇਖਣਾ ਬੜਾ ਆਉਂਦਾ ਮੇਰੇ ਮਗਰ, ਆਹ ਵੇਖਣਾ ਹੁਣ, ਹਾਂ ਮੈਂ ਜਿਵੇਂ ਜਿਵੇਂ ਅੱਗੇ ਆਵਾਂਗਾ ਨਾ ਪਿੱਛੋਂ ਆਏਗਾ ਉੱਡਦਾ ਹੀ, ਆਇਆ ਨਹੀਂ ਆਇਆ, ਵੇਖਿਆ ਨਾ, ਉਹ ਉੱਥੇ ਆ ਕੇ ਬਹਿ ਗਿਆ, ਇਹ ਚੈੱਕ ਕਰੋ, ਹੈ ਹੁਣ ਆਏਗਾ ਕੋਈ ਨਾ ਕੋਈ ਆਪਣੇ ਹਿਸਾਬ ਦੇ ਨਾਲ, ਜਦੋਂ ਮੇਰਾ ਧਿਆਨ ਕੋਈ ਇੱਧਰ ਉੱਧਰ ਹੋਏਗਾ ਨਾ ਫਿਰ ਉੱਡਦਾ ਹੀ ਆਏਗਾ। ਚਲੋ ਇਹਦਾ ਤਾਂ ਹੁੰਦਾ ਰਹੇਗਾ, ਅਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਕੁਛ ਲੋਕਾਂ ਦੇ ਕਮੈਂਟ ਆਏ ਸਨ ਕਿ ਵੈਕਸੀਨ ਦੇ ਬਾਰੇ ਦੱਸੋ, ਚੂਲਿਆਂ ਦੀ ਅਤੇ ਵਕਤਾਂ ਦੀ ਜਾਂ ਇਹਨਾਂ ਦੀ ਮੈਡੀਸਨ ਦੇ ਬਾਰੇ ਦੱਸੋ, ਇਹਨਾਂ ਨੂੰ ਕਿਹੜੀ ਮੈਡੀਸਨ ਯੂਜ਼ ਹੁੰਦੀ ਹੈ ਜਾਂ ਕਿਹੜੀ ਕੋਈ ਇਹਨਾਂ ਨੂੰ ਡਿਜ਼ੀਜ਼ ਆਉਂਦੀ ਹੈ, ਅਤੇ ਜਿਵੇਂ ਮੁਰਗੀ ਨੂੰ ਆਉਂਦੀ ਹੈ ਉਵੇਂ ਇਹਨਾਂ ਨੂੰ ਕੁਛ ਆਉਂਦੀ ਹੈ, ਅਤੇ ਇਹਨਾਂ ਨੂੰ ਖੈਰ ਕੋਈ ਮੇਜਰ ਡਿਜ਼ੀਜ਼ ਕੋਈ ਵੀ ਨਹੀਂ ਹੈ ਵੇ, ਠੀਕ ਹੈ, ਜਾਣੀ ਕਿ ਜਿਵੇਂ ਕਿ ਮੁਰਗੀ ਦੇ ਵਿੱਚ ਬਿਮਾਰੀ ਆਉਂਦੀ ਨਾ ਰਾਣੀਖੇਤ ਵਗੈਰਾ, ਇੰਝ ਤਾਂ ਇਹਦੇ ਵਿੱਚ ਕੋਈ ਚੱਕਰ ਨਹੀਂ ਹੈ, ਅਤੇ ਕੁਛ ਬੁਖਾਰ ਵਗੈਰਾ ਹੈ ਨੇ ਉਹ ਵੀ ਤੁਹਾਡੀ ਲਗਰਜੀ ਦੀ ਵਜ੍ਹਾ ਤੋਂ ਹੋ ਸਕਦਾ, ਅਤੇ ਇਸ ਤੋਂ ਇਲਾਵਾ ਜੇ ਕਹੋਗੇ ਕੋਈ ਕਨਫਰਮ ਇਹਨੂੰ ਕੋਈ ਡਿਜ਼ੀਜ਼ ਹੈ ਜਿਹਦੀ ਇਹਨੂੰ ਕੋਈ ਸਪੈਸ਼ਲ ਵੈਕਸੀਨ ਦੇਣੀ ਪੈਂਦੀ ਹੈ, ਉਹ ਕੋਈ ਵੀ ਨਹੀਂ ਹੈ, ਠੀਕ ਹੈ। ਅਤੇ ਜਿੱਥੇ ਤੱਕ ਮੁਰਗੀ ਦੀ ਗੱਲ ਰਹਿ ਗਈ, ਮੁਰਗੀ ਦੀਆਂ ਅਲੱਗ ਅਲੱਗ ਵੈਕਸੀਨਾਂ ਹੁੰਦੀਆਂ ਨੇ, ਅਲੱਗ ਅਲੱਗ ਟਾਈਮ ਦੀਆਂ ਹੁੰਦੀਆਂ ਨੇ, ਆਪਣੇ ਹਿਸਾਬ ਦੇ ਨਾਲ, ਮਤਲਬ ਕਿ ਆਪਣੇ ਹਿਸਾਬ ਦੇ ਨਾਲ ਕੀ ਜਿਵੇਂ ਮਤਲਬ ਕਿ ਇੱਕ ਲਿਖਿਆ ਪੜਿਆ ਹਿਸਾਬ ਆ ਜਿਵੇਂ ਦੁਨੀਆ ਕਰਦੀ ਹੈ, ਉਹਦੇ ਉਹੀ ਤਰੀਕੇਕਾਰ ਹੈਗੇ ਨੇ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਸ ਵੀਡੀਓ ਦੇ ਵਿੱਚ। ਅਤੇ ਅੱਗੋਂ ਫਿਰ ਜਿਵੇਂ ਵੀ ਦੋਸਤਾਂ ਨੂੰ ਸਮਝ ਲੱਗੇ, ਜਾਂ ਖੈਰ ਹੋਰ ਬੜੇ ਹੈਗੇ ਨੇ ਯੂਟਿਊਬ ਸਟਾਰ। ਅੱਛਾ, ਅਤੇ ਦੂਸਰਾ ਇਹਦੇ 'ਤੇ ਜਿਹੜਾ ਹੈ ਵੇ ਨਾ ਆਪਣਾ ਵੈਕਸੀਨ ਬਤਖ ਦੇ ਉੱਤੇ, ਉਹ ਤਾਂ ਕੋਈ ਅਸਰ ਉਸਰ ਨਹੀਂ ਕਰਦੀ ਹੈ, ਠੀਕ ਹੈ, ਜੇ ਵੈਸੇ ਕਿਸੇ ਨੇ ਕੋਈ ਆਪਣੀ ਦਿਲ ਪਿਛੋਰੀ ਲਈ ਕੋਈ ਪਾਣੀ ਹੈ ਤਾਂ ਉਹ ਪਾ ਕੇ ਵੇਖ ਲਵੇ, ਬਾਕੀ ਅਸਰ ਉਸਰ ਕੋਈ ਨਹੀਂ ਕਰਦੀ, ਸਿਰਫ ਮੁਰਗੀ 'ਤੇ ਅਸਰ ਕਰਦੀ ਹੈ, ਅਤੇ ਵੈਕਸੀਨ ਸਿਰਫ ਹੁੰਦੀ ਵੀ ਮੁਰਗੀ ਲਈ ਹੈ, ਬੱਕਰਾਂ ਵਗੈਰਾ ਲਈ ਨਾ ਹੀ ਹੈ ਵੇ, ਨਾ ਹੀ ਇਹਨਾਂ ਨੂੰ ਜ਼ਰੂਰਤ ਹੈ, ਨਾ ਹੀ ਇਹਨਾਂ ਲਈ ਕੋਈ ਬਣੀ ਹੈ, ਠੀਕ ਹੈ। ਅਤੇ ਤੁਹਾਨੂੰ ਮੈਂ ਕਿਧਰੇ ਬਹਿ ਕੇ ਸਮਝਾਉਂਦਾ ਵਾਂ ਵੈਕਸੀਨ ਦਾ ਕੀ ਤਰੀਕੇਕਾਰ ਹੁੰਦਾ, ਉਹਦੇ ਵਿੱਚ ਮਤਲਬ ਕਿ ਮਹੀਨੇ ਦਾ ਹਿਸਾਬ ਹੁੰਦਾ, ਦਿਨਾਂ ਦਾ ਹਿਸਾਬ ਹੁੰਦਾ ਹੈ ਕਿ ਕਿੰਨੇ ਦਿਨਾਂ ਬਾਅਦ ਕਿੰਨੀ ਕਰਨੀ ਹੈ ਅਤੇ ਕਿਸ ਤਰ੍ਹਾਂ ਕਰਨੀ ਹੈ, ਇਹਨੂੰ ਕਰਨ ਦੇ ਵੀ ਤਰੀਕੇ ਨੇ, ਐਵੇਂ ਮਤਲਬ ਕਿ ਬਿਲਕੁਲ ਹੀ ਲਾਗਰਜੀ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਕੰਮ ਖਰਾਬ ਹੋ ਜਾਂਦਾ ਉਸ ਵੈਕਸੀਨ ਦੇ ਨਾਲ ਹੀ, ਬਾਅਦ ਵਿੱਚ ਉੱਥੇ ਡਿਜ਼ੀਜ਼ ਆ ਸਕਦੀ ਹੈ, ਠੀਕ ਹੈ। ਅਤੇ ਉਹ ਹੁਣ ਅੱਗੋਂ ਤੁਹਾਨੂੰ ਕਿਧਰੇ ਮੈਂ ਬੈਠ ਕੇ ਦੱਸਣਾ ਵਾਂ, ਅਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨੀ ਕੁ ਮੈਨੂੰ ਸਮਝ, ਅਤੇ ਜੇ ਤੁਹਾਨੂੰ ਸਮਝ ਲੱਗ ਗਈ ਤਾਂ ਫਿਰ ਦੁਆ ਸ਼ੁਆ ਦੇ ਦੇਣਾ, ਅਤੇ ਲਾਈਕ ਸਬਸਕ੍ਰਾਈਬ ਵੀ ਕਰ ਦੇਣਾ, ਅਤੇ ਚੈਨਲ ਨੂੰ ਤਰੱਕੀ ਤਰੁੱਕੀ ਦੇਣਾ, ਠੀਕ ਹੈ, ਅਤੇ ਅੱਗੋਂ ਮੈਂ ਤੁਹਾਨੂੰ ਬਹਿ ਕੇ ਦੱਸਦਾ। ਅੱਛਾ, ਹਾਂਜੀ ਦੋਸਤੋ, ਅੱਗੇ ਦੀ ਵੈਕਸੀਨ ਦੀ ਸੂਰਤ ਹਾਲ ਹੈ ਵੇ ਕਿ ਜਿਹੜੀ ਮੁਰਗੀ ਹੈ, ਪਹਿਲੇ ਇਹਦੇ ਤੋਂ ਸ਼ੁਰੂ ਕਰਨੇ ਆ ਕਿ ਮੁਰਗੀ ਦੀ ਕੀ ਸੂਰਤ ਹਾਲ ਹੈ, ਮੁਰਗੀ ਨੂੰ ਮਤਲਬ ਕਿ ਕਿੰਜ ਕਰੀ ਦੀ ਹੈ, ਕਿਹੜੀ ਕੜੀ ਦੀ ਹੈ, ਕਿੰਨੇ ਦਿਨਾਂ ਬਾਅਦ ਕਰੀ ਦੀ, ਉਹ ਤੁਹਾਨੂੰ ਦੱਸ ਦਿੰਦੇ ਹਾਂ। ਅਤੇ ਮੁਰਗੀ ਨੂੰ ਪਹਿਲੇ ਦਿਨ ਤਾਂ ਦੇਖੋ ਕੋਈ ਵੈਕਸੀਨ ਨਹੀਂ ਹੁੰਦੀ, ਬਰੈਲਰ ਨੂੰ ਹੁੰਦੀ ਹੈ ਅਤੇ ਲੇਅਰ ਨੂੰ ਹੁੰਦੀ ਹੈ, ਦੇਸੀ ਨੂੰ ਕੋਈ ਵੈਕਸੀਨ ਨਹੀਂ ਹੁੰਦੀ, ਜਿਹਨੂੰ ਇਹ ਗੋਲਡਨ ਮਿਸਰੀ ਕਹਿ ਲਓ ਜਾਂ ਜੋ ਜਾਂ ਹੋਰ ਬਰੀਡਾਂ ਨੇ ਆਰ ਆਈ ਆਰ ਕਹਿ ਲਓ, ਐਸਟਾਲੋਪ ਕਹਿ ਲਓ, ਇਹਨਾਂ ਨੂੰ ਹੋਰ ਕੁਛ ਵੀ ਨਹੀਂ ਹੁੰਦਾ, ਠੀਕ ਹੈ। ਅਤੇ ਜਿਹੜੀ ਹੈ ਦੇਸੀ ਦੀ ਵੈਕਸੀਨ ਦਾ ਤਰੀਕਾਕਾਰ, ਉਹ ਇਹ ਹੈਗਾ ਕਿ ਤੁਸੀਂ ਮਤਲਬ ਕਿ ਇਹਨੂੰ ਪਹਿਲੇ ਦਿਨ ਕੋਈ ਵੀ ਨਹੀਂ ਹੁੰਦੀ ਵੈਕਸੀਨ, ਠੀਕ ਹੈ, ਸਿਰਫ ਤੀਸਰੇ ਦਿਨ ਇਹਨੂੰ ਤੁਸੀਂ ਫਲਸ਼ਿੰਗ ਦੇਣੀ ਹੈ, ਡਿਵਰਮਿੰਗ ਦੇਣੀ ਹੈ,
ਉਹ ਫਲੱਸ਼ਿੰਗ ਦੇਣੀ ਹੈ, ਡਿਵਰਮਿੰਗ ਮੈਂ ਕਹਿ ਰਿਹਾ ਵਾਂ, ਫਲੱਸ਼ਿੰਗ ਦੇਣੀ ਹੈ, ਜਿਹਦੇ ਨਾਲ ਇਹਦਾ ਪੋਰ ਸ਼ੋਰ ਜ਼ਰਾ ਸਾਫ਼ ਹੋ ਜਾਂਦਾ, ਚੂਹੇ ਜ਼ਰਾ ਈਜ਼ੀ ਹੋ ਜਾਂਦਾ ਅੰਦਰੋਂ, ਅਤੇ ਹਫ਼ਤੇ ਬਾਅਦ ਤੁਸੀਂ ਉਹਨੂੰ ਵੈਕਸੀਨ ਦੇਣੀ ਹੈ 6ਵੇਂ 7ਵੇਂ ਦਿਨ। ਅਤੇ ਤੁਸੀਂ ਸਮਝ ਲਓ ਕਿ 6ਵੇਂ 7ਵੇਂ ਦਿਨ ਤੁਸੀਂ ਇਹਨੂੰ ਵੈਕਸੀਨ ਦੇਣੀ ਹੈ ਇਹਦੀ, ਐਂਡੀ ਸਾਦਾ ਐਂਡੀ, ਤੁਸੀਂ ਜਾ ਕੇ ਕਿਸੇ ਵੀ ਵੈਟਨਰੀ ਸਟੋਰ 'ਤੇ ਜਾਣਾ ਅਤੇ ਉਹਨੂੰ ਕਹਿਣਾ ਮੈਨੂੰ ਨਾ ਐਂਡੀ ਦੀ ਨਾ ਵੈਕਸੀਨ ਦੇ ਦੇ, ਅਤੇ ਉਹ ਤੁਹਾਨੂੰ ਦੇ ਦੇਗਾ। ਉਹ 500 ਵਾਲੀ ਲੀ ਲੈਣਾ ਜਾਂ 1000 ਵਾਲੀ ਲੀ ਲੈਣਾ, ਜਿੰਨਾ ਤੁਹਾਡੇ ਕੋਲ ਚੂਜ਼ਾ ਹੋਏਗਾ, ਉਹ ਚੂਜ਼ੇ ਦੇ ਹਿਸਾਬ ਨਾਲ ਹੁੰਦੀ ਹੈ ਕਿ 1000 ਚੂਜ਼ੇ ਦੀ ਹੁੰਦੀ ਹੈ, 500 ਚੂਜ਼ੇ ਦੀ ਹੁੰਦੀ ਹੈ, ਜਾਂ ਇਸ ਤੋਂ ਉੱਤੇ 2000 ਚੂਜ਼ੇ ਦੀ ਹੁੰਦੀ, ਠੀਕ ਹੈ। ਅਤੇ ਉਹ ਤੁਸੀਂ ਜਾਣਾ ਅਤੇ ਉਸ ਦੁਕਾਨ ਤੋਂ ਲੀ ਲੈਣਾ, ਤੁਹਾਨੂੰ ਦੇ ਦੇਗਾ। ਅਤੇ ਕੋਸ਼ਿਸ਼ ਕਰਨਾ ਕਿ ਇਹਦੇ ਵਿੱਚ ਨਾ ਕੰਪਨੀਆਂ ਹੁੰਦੀਆਂ ਨੇ ਅਲੱਗ ਅਲੱਗ ਮੇਡ ਹੁੰਦੀ ਹੈ, ਅਤੇ ਤੁਸੀਂ ਨਾ ਹਿਲਟਨ ਦੀ ਲੈਣਾ, ਉਹ ਜ਼ਰਾ ਸਭ ਤੋਂ ਅੱਛੀ ਜਾ ਰਹੀ ਹੈ, ਅਤੇ ਜ਼ਰਾ ਇੱਕ ਮਤਲਬ ਕਿ ਕਾਮਯਾਬ ਚੀਜ਼ ਹੈ, ਦੁਨੀਆ ਜ਼ਿਆਦਾ ਉਹਨੂੰ ਪ੍ਰੈਫਰ ਕਰਦੀ, ਠੀਕ ਹੈ। ਤੁਸੀਂ ਉਹ ਲੀ ਲੈਣਾ, ਅਤੇ ਸਮਝ ਲਓ 6ਵੇਂ 7ਵੇਂ ਦਿਨ ਤੁਸੀਂ ਡੇ ਓਲਡ ਦੇ ਚੂਚੇ ਨੂੰ 6ਵੇਂ 7ਵੇਂ ਦਿਨ ਤੁਸੀਂ ਇਹਨੂੰ ਐਂ ਵੈਕਸੀਨ ਕਰ ਦੇਣਾ। ਉਸ ਤੋਂ ਬਾਅਦ ਫੀਡ ਪਾਣੀ ਤੁਹਾਨੂੰ ਦੱਸਿਆ ਕਿ ਫੀਡ ਪਾਣੀ ਨਹੀਂ ਤੁਸੀਂ ਇਹਦੇ ਅੱਗੋਂ ਚੁੱਕਣਾ, 14 ਪੀਆ ਤੁਸੀਂ ਇਹਨੂੰ ਫੀਡ ਪਾਣੀ ਹੈ, ਫੀਡ ਪਾਣੀ ਤੁਸੀਂ 8 ਟਾਈਮ ਇਹਦੇ ਸਾਹਮਣੇ ਰੱਖਣਾ, ਠੀਕ ਹੈ। 14ਵੇਂ ਦਿਨ ਨਾ ਤੁਸੀਂ ਇਹਨੂੰ ਗੰਬੋਰੋ ਦੀ ਵੈਕਸੀਨ ਪਾਣੀ ਹੈ, ਠੀਕ ਹੈ। ਗੰਬੋਰੋ ਸਾਦਾ ਪਾ ਲੈਣਾ ਜਾਂ ਗੰਬੋਰੋ ਪਲੱਸ ਪਾ ਲੈਣਾ, ਇਹਨਾਂ ਦੋਨਾਂ 'ਚੋਂ ਜਿਹੜੀ ਵੀ ਤੁਹਾਨੂੰ ਈਜ਼ੀਲੀ ਅਪਰੋਚ ਹੋਏ ਤੁਸੀਂ ਇਹਨਾਂ ਦੋਨਾਂ 'ਚੋਂ ਇੱਕ ਪਾ ਦੇਣਾ, ਠੀਕ ਹੈ। ਉਸ ਤੋਂ ਬਾਅਦ 25ਵੇਂ ਦਿਨ ਜਾ ਕੇ ਇੱਕ ਇਹਦੀ ਆਖਰੀ ਵੈਕਸੀਨ ਹੁੰਦੀ, ਜਿਹਨੂੰ ਅਸੀਂ ਐਂਡੀ ਲਸੋਟਾ ਕਹਿੰਦੇ ਹਾਂ, ਉਹਨੂੰ ਖਾਲੀ ਲਸੋਟਾ ਵੀ ਕਹਿ ਲਓ, ਉਹ ਤੁਸੀਂ ਵੈਕਸੀਨ ਲੈਣੀ ਹੈ ਅਤੇ ਤੁਸੀਂ ਇਹਨੂੰ ਉਹ ਪਾ ਦੇਣੀ ਹੈ, ਠੀਕ ਹੈ। ਬਸ ਇੰਨੀ ਕੁ ਇਹਦੀ ਵੈਕਸੀਨ ਹੈਗੀ, ਹੋਰ ਇਹਦੇ ਕੋਈ ਇੰਨੀਆਂ ਖਾਸ ਵੈਕਸੀਨਾਂ ਨੇ ਇਹਨੂੰ ਪੈਂਦੀਆਂ ਫਾਰਮਾਂ ਦੇ ਵਿੱਚ, ਨਾਰਮਲੀ ਇਹਨੂੰ ਇਹੀ ਪੈਂਦੀ ਹੈ, ਠੀਕ ਹੈ। ਤੁਸੀਂ ਇਹਨੂੰ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਹਰ 25ਵੇਂ ਦਿਨ ਨਾ ਲਸੋਟਾ ਦੀ ਵੈਕਸੀਨ ਕਰਨੀ, ਯਾਨੀ ਕਿ ਪਹਿਲੇ ਤੁਸੀਂ ਮਹੀਨਾ ਪੂਰਾ ਕਰ ਲਿਆ, ਜਿਹੜੀ ਤੁਹਾਡੀ ਆਖਰੀ ਵੈਕਸੀਨ ਸੀ ਜਿਹੜੀ ਤੁਸੀਂ 25 ਦਿਨ ਪਾਈ ਹੈ, 25ਵੇਂ ਦਿਨ ਤੁਸੀਂ ਪਾਈ ਹੈ, 25ਵੇਂ 26ਵੇਂ ਦਿਨ ਉਹ ਤੁਸੀਂ ਐਂਟੀ ਲਸੋਟਾ ਪਾ ਦਿੱਤੀ ਹੈ, ਉਸ ਤੋਂ ਬਾਅਦ ਤੁਸੀਂ ਹਰ ਮਹੀਨੇ ਬਾਅਦ ਇਹਨੂੰ ਸਿਰਫ ਖਾਲੀ ਐਂਟੀ ਲਸੋਟਾ ਦੀ ਵੈਕਸੀਨ ਦੇਣੀ ਕਰਨੀ, ਬਸ ਹੋਰ ਇਸ ਤੋਂ ਇਲਾਵਾ ਕੋਈ ਵੈਕਸੀਨ ਨਹੀਂ ਹੈ। ਹੋਰ ਇਸ ਤੋਂ ਇਲਾਵਾ ਜੇ ਕੋਈ ਅੱਲਾ ਨਾ ਕਰੇ ਕੋਈ ਡਿਜ਼ੀਜ਼ ਵਗੈਰਾ ਆਉਂਦਾ ਹੈਗਾ, ਬਿਮਾਰੀ ਵਗੈਰਾ ਆਉਂਦੀ ਹੈ, ਉਹਦੇ ਲਈ ਐਂਟੀਬਾਇਓਟਿਕ ਵਗੈਰਾ ਹੁੰਦੇ ਨੇ, ਉਹ ਵੀ ਤੁਹਾਨੂੰ ਮੈਂ ਦੱਸਾਂਗਾ, ਤੁਸੀਂ ਉਹ ਯੂਜ਼ ਕਰਵਾਉਣੇ ਨੇ। ਉਸ ਤੋਂ ਇਲਾਵਾ ਇਹਨੂੰ ਆਪਣੇ ਕੋਲੋਂ ਨਹੀਂ ਕੋਈ ਵੀ ਜਿਵੇਂ ਮੈਡੀਕਲ ਸਟੋਰਾਂ ਦਾ ਦੁਨੀਆ ਐਵੇਂ ਕੋਈ ਇੱਧਰ ਉੱਧਰ ਦੀਆਂ ਇੱਕ ਮਿੰਟਾਂ ਛੰਗ ਮਿੰਟਾਂ ਪਾ ਕੇ ਅਤੇ ਪਾਣੀ 'ਚ ਘੋਲ ਕੇ ਪਾਉਂਦੀ ਹੈ, ਉਹ ਕੰਮ ਨਹੀਂ ਤੁਸੀਂ ਕਰਨਾ ਹੈ, ਠੀਕ ਹੈ। ਤੁਸੀਂ ਇਹਨੂੰ ਜਿਹੜਾ ਅਸਲ ਤਰੀਕੇਕਾਰ ਇਹਨਾਂ ਵੈਟਨਰੀ ਸਟੋਰ ਤੋਂ ਜਾਣਾ, ਤੁਸੀਂ ਇਹਦੀ ਐਂਟੀਬਾਇਓਟਿਕ ਲੈਣੇ ਨੇ ਅਤੇ ਤੁਸੀਂ ਇਹਦੀ ਵੈਕਸੀਨ ਲੈਣੀ, ਤੁਸੀਂ ਇਹਨੂੰ ਉਸ ਤਰੀਕੇ ਨਾਲ ਡੀਲ ਕਰਨਾ, ਠੀਕ ਹੈ। ਹਾਂ ਦਾਦਾ, ਮੈਂ ਸਹੀ ਕਹਿ ਰਿਹਾ? ਬਿਲਕੁਲ ਠੀਕ ਹੈ, ਹਾਂ ਫਿਰ ਠੀਕ ਹੈ। ਇਹ ਦਾਦਾ ਹੈਗਾ ਮੇਰਾ ਦੋਸਤ ਹੈਗਾ, ਠੀਕ ਹੈ। ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਵੈਕਸੀਨ ਪਾਓਗੇ ਨਾ ਤਾਂ ਕੰਮ ਬਿਲਕੁਲ ਫਿੱਟ ਰਹੇਗਾ, ਠੀਕ ਹੈ। ਐਂਜ ਹੀ ਸਾਰੀ ਦੁਨੀਆ ਕਰਦੀ ਹੈ, ਜਿਹੜੇ ਲੋਕ ਕਹਿੰਦੇ ਨਾ ਕਿ ਇੱਧਰ ਉੱਧਰ ਐਬਰੂਫੂਨ ਸ਼ਰੂਫੂਨ ਦਾ ਪੈਨਾਡੋਲ ਦੇ ਸਿਰਪ ਪਾ ਲਓ ਅਤੇ ਇਹਦੇ ਵਿੱਚ ਕੁਛ ਇਹ ਪਾ ਲਓ ਅਤੇ ਕੁਛ ਇਹ ਪਾ ਲਓ ਅਤੇ ਮੁਰਗੀ ਮਤਲਬ ਕਿ ਐਂਜ ਫਿੱਟ ਹੋ ਜਾਂਦੀ ਹੈ, ਉਹ ਕਦੀ ਵੀ ਨਹੀਂ ਹੁੰਦਾ। ਵੱਡੇ ਫਾਰਮਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੁੰਦਾ, ਕੋਈ 2-2.5-5 ਮੁਰਗੀਆਂ ਉਹਨਾਂ 'ਤੇ ਫਿਰ ਹੋ ਜਾਂਦਾ, ਠੀਕ ਹੈ। ਜਦੋਂ ਫਾਰਮਿੰਗ ਦੇ ਵਿੱਚ ਤੁਸੀਂ ਜਦੋਂ ਕੰਮ ਕਰਦੇ ਹੋ ਨਾ, ਤੁਹਾਨੂੰ ਇਹ ਪੂਰੇ ਮਤਲਬ ਕਿ ਜਿਹੜੇ ਐਂਟੀਬਾਇਓਟਿਕ ਹੁੰਦੇ ਨਾ ਕੰਪਨੀਆਂ ਦੇ, ਜਿਹੜਾ ਉਹਦੇ ਉੱਤੇ ਤਰੀਕੇਕਾਰ ਲਿਖੇ ਹੁੰਦੇ ਨੇ ਕਿ 1 ਲੀਟਰ ਪਾਣੀ 'ਚ ਕਿੰਨਾ ਪਾਉਣਾ, ਉਹ ਤੁਹਾਨੂੰ ਉਸ ਹਿਸਾਬ ਨਾਲ ਹੀ ਉਹਦੇ ਨਾਲ ਕੰਮ ਕਰਨਾ ਪੈਂਦਾ, ਠੀਕ ਹੈ। ਅੱਛਾ ਦੋਸਤੋ, ਇਹ ਤਾਂ ਇੱਥੇ ਤੱਕ ਤਾਂ ਤੁਹਾਨੂੰ ਸਮਝ ਆ ਗਈ ਹੋਏਗੀ, ਮੈਨੂੰ ਉਮੀਦ ਆ ਗਈ ਹੋਏਗੀ, ਨਹੀਂ ਤਾਂ ਮੈਂ ਇਹਦੇ 'ਤੇ ਨਾ ਕੋਈ ਹੋਰ ਵੀ ਇੱਕ ਹੋਰ ਤਫਸੀਲਨ ਵੀਡੀਓ ਬਣਾ ਲਵਾਂਗਾ। ਨਾਰਮਲੀ ਜਿਹੜੀ ਵੈਕਸੀਨਾਂ ਹੁੰਦੀਆਂ ਨਾ, ਇਹੀ ਆ 3 ਵੈਕਸੀਨਾਂ ਹੁੰਦੀਆਂ ਨੇ, ਠੀਕ ਹੈ, ਡੇ ਓਲਡ ਤੋਂ ਲੈ ਕੇ ਡੇ 25 ਤੱਕ, ਠੀਕ ਹੈ। ਉਸ ਤੋਂ ਬਾਅਦ ਹਰ ਮਹੀਨੇ ਬਾਅਦ ਐਂਡੀ ਲਸੋਟਾ ਤੁਸੀਂ ਕਰਨੀ ਹੈ, ਬਸ। ਹੋਰ ਇਸ ਤੋਂ ਇਲਾਵਾ ਕੋਈ ਮੇਜਰ ਮਤਲਬ ਕਿ ਨਹੀਂ ਕੋਈ ਵੀ ਵੈਕਸੀਨ ਹੈ ਨੇ, ਕੁਛ ਹੈ ਨੇ, ਠੀਕ ਹੈ, ਕੁਛ ਹੁੰਦੀਆਂ ਨੇ, ਲੇਕਿਨ ਉਹ ਜਦੋਂ ਕੋਈ ਮਸਲੇ ਮਸਾਇਲ ਆਉਣ, ਸਭ ਤੋਂ ਪਹਿਲੇ ਉਹ ਮਸਲਾ ਤੁਸੀਂ ਐਂਟੀਬਾਇਓਟਿਕ ਦੇ ਨਾਲ ਖਤਮ ਕਰਨਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਉਹਨੂੰ ਵੈਕਸੀਨ ਦੇਣੀ ਹੈ, ਐਂਜ ਡਾਇਰੈਕਟ ਕੋਈ ਡਿਜ਼ੀਜ਼ ਆਈ ਹੈ ਤੁਸੀਂ ਉਹਨੂੰ ਵੈਕਸੀਨ ਦਿਓਗੇ ਨਾ, ਤਾਂ ਸਾਰਾ ਚੂਚਾ ਹੀ ਮਰ ਮੁਰ ਜਾਏਗਾ ਤੁਹਾਡਾ, ਜਾਂ ਸਮਝ ਲਓ ਅੱਧਾ ਮਰ ਜਾਏਗਾ ਅਤੇ ਅੱਧਾ ਉਹਲਾ ਬਚੇਗਾ ਕਿ ਜਿਹਨੂੰ ਉਹ ਮਸਲਾ ਥੋੜ੍ਹਾ,
ਠੀਕ ਹੈ, ਨਹੀਂ ਤਾਂ ਜ਼ਿਆਦਾ ਚਾਂਸ ਇਹੀ ਨੇ ਕਿ ਸਾਰੇ ਨਾ ਪੁੜਕ ਛੁੜਕ ਜਾਣਗੇ, ਅਤੇ ਇਸ ਲਈ ਤੁਸੀਂ ਨਾ ਕੋਸ਼ਿਸ਼ ਕਰੋ ਕਿ ਡਾਇਰੈਕਟ ਵੈਕਸੀਨ ਨਾ ਪਾਇਆ ਕਰੋ। ਜਿਹੜਾ ਵੀ ਕੋਈ ਸਿਆਣਾ ਡਾਕਟਰ ਹੁੰਦਾ ਹੈ ਨਾ, ਉਹ ਮਸ਼ਵਰਾ ਨਹੀਂ ਦਿੰਦਾ ਵੈਕਸੀਨ ਪਾਉਣ ਦਾ, ਉਹ ਪਹਿਲੇ ਕਹਿੰਦਾ ਕਿ ਸਭ ਤੋਂ ਪਹਿਲੇ ਇਹਨਾਂ ਦੀ ਡਿਜ਼ੀਜ਼ ਬਾਹਰ ਕੱਢੋ, ਉਸ ਤੋਂ ਬਾਅਦ ਇਹਨੂੰ ਵੈਕਸੀਨ ਪਾਓ। ਡਾਇਰੈਕਟ ਇਹਨੂੰ ਵੈਕਸੀਨ ਨਹੀਂ ਪਾਈਦਾ ਹੁੰਦਾ। ਅਤੇ ਇੰਨੀ ਕੋਈ ਹੈ ਸੀ ਉਹ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਥਾਂ। ਅਤੇ ਜਿੱਥੇ ਤੱਕ ਬੱਤਖ ਦੀ ਗੱਲ ਹੈ ਨਾ, ਬੱਤਖ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਕਿਸੇ ਕਿਸਮ ਦੀ ਵੀ ਐਂਟੀਬਾਇਓਟਿਕ ਦੀ ਜਾਂ ਕਿਸੇ ਕਿਸਮ ਦੀ ਵੈਕਸੀਨ ਦੀ। ਇਹਨੂੰ ਨਾਰਮਲੀ ਇੱਕ ਬੁਖਾਰ ਹੋ ਜਾਂਦਾ ਸਰਦੀਆਂ ਦੇ ਵਿੱਚ, ਕੋਈ ਟਾਈਫਾਇਡ ਟਾਈਪ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਟਾਈਫਾਇਡ ਇਹਨੂੰ ਹੋ ਜਾਂਦਾ। ਹੋਰ ਇਸ ਤੋਂ ਇਲਾਵਾ ਇਹਨੂੰ ਕੋਈ ਐਡਾ ਕੋਈ ਸਮਝ ਲਓ ਕੋਈ ਮਸਲਾ ਨਹੀਂ ਹੁੰਦਾ, ਠੀਕ ਹੈ। ਉਹਦੀ ਸਿਰਫ ਤੁਸੀਂ ਇੱਕ ਨਾਰਮਲੀ ਕੋਈ ਵੀ ਤੁਸੀਂ ਕੋਈ ਬੁਖਾਰ ਵਾਲਾ ਸਿਰਪ, ਕੋਈ ਪੈਨਾਡੋਲ ਵਗੈਰਾ, ਕੋਈ ਬਰੂਫਨ ਵਗੈਰਾ, ਤੁਸੀਂ ਇਹਨਾਂ ਚੀਜ਼ਾਂ ਨਾਲ ਵੀ ਨਾ ਇਹਨੂੰ ਹੈਂਡਲ ਕਰ ਲੈਂਦੇ ਹੋ। ਲੇਕਿਨ ਜਿਹੜੀ ਮੁਰਗੀ ਹੈ ਨਾ, ਮੁਰਗੀ ਦਾ ਨਿਜ਼ਾਮ ਹੋਰ ਹੁੰਦਾ, ਠੀਕ ਹੈ। ਮੁਰਗੀ ਨੂੰ ਹੋਰ ਤਰੀਕੇ ਨਾਲ ਮਤਲਬ ਕਿ ਡੀਲ ਕਰਨਾ ਪੈਂਦਾ। ਫਾਰਮਿੰਗ ਦੀ ਗੱਲ ਕਰ ਰਿਹਾ ਵਾਂ, ਘਰੇਲੂ ਹੈ ਸੀਲਾਂ ਦੇ ਸ਼ੌਕ ਵਗੈਰਾ ਦੀ ਮੈਂ ਵੈਕਸੀਨ ਦੀ ਨਹੀਂ ਗੱਲ ਕਰ ਰਿਹਾ। ਇਹ ਤਾਂ ਜ਼ਰਾ ਇੱਕ ਤੁਹਾਡਾ ਸ਼ੌਕ ਹੁੰਦਾ, ਤੁਸੀਂ ਉਹ ਨਾਰਮਲੀ ਉਹ ਜਿਹੜੀ ਉਹ ਕੀ ਇਹਦਾ ਵੈਕਸੀਨ ਦਾ ਨਾਂ ਹੈ, ਉਹ ਸਾਡੇ ਕੋਲ ਵੀ ਘਰ ਪਈ ਹੈ, ਮੇਰੇ ਨਾਂ ਇਹ ਨੇ ਚਾਹੁੰਦਾ, ਮੈਂ ਤੁਹਾਨੂੰ ਦੱਸਣਾ ਵਾ। ਉਹ ਟੀਕੇ ਨਾਲ ਤੁਸੀਂ ਇੰਜੈਕਟ ਕਰਦੇ ਹੋ, ਤੁਸੀਂ ਨਾਰਮਲੀ ਆਪਣੇ ਇੱਕ ਦੋ ਮੁਰਗਿਆਂ ਨੂੰ ਉਹ ਇੱਕ ਵੈਕਸੀਨ ਲੈ ਆਓ ਅਤੇ ਟੀਕੇ ਨਾਲ ਤੁਸੀਂ ਇੰਜੈਕਟ ਕਰ ਲਓ। ਉਸ ਤੋਂ ਬਾਅਦ ਤੁਸੀਂ ਉਹਨੂੰ ਫਰਿੱਜ 'ਚ ਰੱਖ ਦੇਵੋ, ਉਹਨੂੰ ਕੁਛ ਵੀ ਨਹੀਂ ਹੁੰਦਾ, ਉਹ 6 ਮਹੀਨੇ ਸਾਲ ਪਈ ਰਹੇ, ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਲੇਕਿਨ ਫਾਰਮਿੰਗ ਦੇ ਵਿੱਚ ਨਾ ਇੰਜ ਨਹੀਂ ਹੁੰਦਾ, ਠੀਕ ਹੈ। ਇਹਦੇ 'ਚ ਇੱਕ ਪੂਰੀ ਮਖਸੂਸ ਵੈਕਸੀਨ ਹੁੰਦੀ ਹੈ 500,000 ਦੀ, ਤੁਸੀਂ ਉਹਨੂੰ ਇੱਕੋ ਦਫ਼ਾ ਹੀ ਬਣਾਉਣਾ ਅਤੇ ਇੱਕੋ ਦਫ਼ਾ ਹੀ ਪਿਆਉਣਾ। ਅਤੇ ਉਹਦਾ ਹੁਣ ਥੋੜ੍ਹਾ ਬਣਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਬਿਲਫਰ ਤੁਸੀਂ ਇੱਕ ਪਹਿਲੇ 7 ਦਿਨਾਂ ਬਾਅਦ ਵਾਲੀ ਵੈਕਸੀਨ ਤੁਸੀਂ ਲੈ ਆਉਂਦੀ ਐਂਡੀ ਆਏ ਵੀ, ਠੀਕ ਹੈ। ਐਂਡੀ ਨੂੰ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਉਹਨੂੰ ਨਾਰਮਲੀ ਜਿਹਨੂੰ ਤੁਸੀਂ ਪਾਣੀ ਨਾ ਵੈਕਸੀਨ, ਜਿਹੜੇ ਚੂਚੇ ਨੂੰ, ਉਸ ਚੂਚੇ ਤੋਂ ਅੱਗੋਂ ਨਾ ਤੁਸੀਂ ਨਾ ਪਾਣੀ ਚੁੱਕ ਦੇਣਾ, ਯਾਨੀ ਕਿ ਤੁਸੀਂ ਉਹਨੂੰ ਪਿਆਸਾ ਕਰਨਾ। ਤੁਸੀਂ ਸਮਝ ਲਓ ਕਿ 2-2.5 ਘੰਟੇ 3 ਘੰਟੇ ਪਹਿਲੇ ਉਹ ਪਾਣੀ ਚੁੱਕ ਦੇਣਾ, ਉਹ ਪਾਣੀ ਤੁਸੀਂ ਚੁੱਕ ਕੇ ਬਾਹਰ ਰੱਖ ਦੇਣਾ, ਅਤੇ ਉਹਨੇ ਨੂੰ ਜ਼ਰਾ ਚੂਚੇ ਨੂੰ ਤਰਾਹ ਕਰੂ ਵੀ ਲੱਗ ਜਾਂਦਾ। ਫਿਰ ਉਸ ਤੋਂ ਬਾਅਦ ਨਾ ਉਸ ਵੈਕਸੀਨ ਨੂੰ ਤੁਸੀਂ ਠੰਡਾ ਹੀ ਰੱਖਣਾ, ਜਿਹਦੇ ਕੋਲ ਤੁਸੀਂ ਲੈ ਕੇ ਆਓਗੇ ਉਹ ਵੀ ਤੁਹਾਨੂੰ ਬਰਫ਼ ਵਗੈਰਾ 'ਚ ਪਾ ਕੇ ਦੇਗਾ, ਉਹ ਖਾਲੀ ਤੁਹਾਨੂੰ ਇੰਜ ਨਹੀਂ ਫੜਾ ਦੇਗਾ ਹੱਥੇ 'ਚ, ਉਹ ਬਰਫ਼ ਵਗੈਰਾ ਦੇ ਵਿੱਚ ਦੇਗਾ ਤੁਹਾਨੂੰ। ਅਤੇ ਅੱਛਾ, ਤੁਸੀਂ ਕੀ ਕਰਨਾ ਹੈ ਕਿ ਤੁਸੀਂ ਉਸ ਵੈਕਸੀਨ ਨੂੰ ਲਿਆਉਣਾ ਹੈ, ਅਤੇ ਤੁਸੀਂ ਨਾ ਉਹਨੂੰ ਨਾ ਤਕਰੀਬਨ ਆਪਣੇ ਚੂਜ਼ਿਆਂ ਦਾ ਤੁਸੀਂ ਹਿਸਾਬ ਲਾ ਲੈਣਾ, ਜੇ 500 ਚੂਜ਼ਾ ਨਾ, ਫਿਰ ਤੁਸੀਂ ਤਕਰੀਬਨ ਕੋਈ 2-2.5 ਲੀਟਰ ਪਾਣੀ ਦੇ ਵਿੱਚ ਨਾ ਉਹ ਵੈਕਸੀਨ ਬਣਾ ਦੇਣੀ ਹੈ। ਉਹ ਇੰਨੀ ਜੀ ਇੱਕ ਗੋਲੀ ਹੋਏਗੀ, 2-2.5 ਲੀਟਰ ਪਾਣੀ ਦੇ ਵਿੱਚ ਤੁਸੀਂ ਪਾ ਦੇਣੀ ਹੈ, ਅਤੇ ਸਾਰੇ ਜਿਹੜੇ ਤੁਹਾਡੇ ਗੈਲਨ ਹੋਣਗੇ ਨਾ, ਤੁਸੀਂ ਉਹਨਾਂ ਸਾਰਿਆਂ ਦੇ ਵਿੱਚ ਉਹ ਪਾਣੀ ਥੋੜ੍ਹਾ ਥੋੜ੍ਹਾ ਪਾ ਕੇ ਅਤੇ ਆਪਣੇ ਤੁਸੀਂ ਚੂਜ਼ਿਆਂ ਦੇ ਅੱਗੇ ਕਰ ਦੇਣਾ 2-2.5 ਘੰਟੇ ਦਾ ਤਰਾਹ ਦੇ ਕੇ। ਜਦੋਂ ਤਰਾਹੇ ਆਉਣਗੇ, ਉਹ ਫਿਰ ਜਲਦੀ ਨਾਲ ਆਉਣਗੇ, ਪਾਣੀ ਨੂੰ ਭੱਜਣਗੇ, ਅਤੇ ਉਹ ਜਲਦੀ ਨਾਲ ਨਾ ਪੀ ਲੈਣਗੇ, ਠੀਕ ਹੈ। ਅਤੇ 1 ਘੰਟਾ ਸਿਰਫ ਤੁਸੀਂ ਉਹਨਾਂ ਦੇ ਅੱਗੇ ਉਹ ਵੈਕਸੀਨ ਰੱਖਣੀ ਹੈ, 1 ਘੰਟੇ ਤੋਂ ਬਾਅਦ ਤੁਸੀਂ ਉਹ ਵੈਕਸੀਨ ਚੁੱਕਣੀ ਹੈ, ਜਿਹੜਾ ਉਹ ਪਾਣੀ ਬਚ ਜਾਏਗਾ ਤੁਸੀਂ ਉਹਨੂੰ ਜ਼ਾਇਆ ਕਰ ਦੇਣਾ। ਅਤੇ ਕੋਸ਼ਿਸ਼ ਕਰਨਾ ਕਿਸੇ ਮਿੱਟੀ ਵਾਲੀ ਜਗ੍ਹਾ 'ਤੇ ਉਹਨੂੰ ਸੁੱਟਣਾ, ਜਦੋਂ ਉਹਦੇ ਕੋਈ ਮਿੱਟੀ ਛਿੱਟੀ ਵੀ ਭਾਵੇਂ ਥੋੜ੍ਹੀ ਬਹੁਤ ਪਾ ਦੇਣਾ, ਬਾਕੀ ਮਿੱਟੀ ਵਾਲੀ ਜਗ੍ਹਾ 'ਤੇ ਤੁਸੀਂ ਉਹਨੂੰ ਸੁੱਟਣਾ ਥੋੜ੍ਹੀ ਦੂਰ ਜਾ ਕੇ, ਕਿਉਂਕਿ ਉਹ ਬਾਅਦ ਵਿੱਚ ਨਾ ਕੀ ਹੁੰਦਾ ਹੈ ਕਿ ਉਹ ਕੋਈ ਡਾਕਟਰ ਵੀ ਕਹਿੰਦੇ ਨੇ ਕਿ ਨਾ ਇੰਝ ਕਰਕੇ ਜਿਹੜੀ ਉਹ ਵੈਕਸੀਨ ਜਿਹੜੀ ਤੁਸੀਂ ਜ਼ਾਇਆ ਕਰਦੇ ਹੋ ਨਾ, ਬਾਅਦ 'ਚੋਂ ਨਾ ਉਹਦੇ 'ਚੋਂ ਨਾ ਬਿਮਾਰੀ ਨਾਲ ਗਰੋਥ ਹੁੰਦੀ ਹੈ। ਵੈਕਸੀਨ ਬਜ਼ਰੀਆ ਇੱਕ ਜਰਾਸੀਮ ਵੀ ਹੁੰਦੇ ਨੇ ਜਿਹੜੇ ਅਸੀਂ ਉਹਦੇ ਵਿੱਚ ਭੇਜਦੇ ਹਾਂ ਚੂਜ਼ੇ ਦੇ ਵਿੱਚ, ਠੀਕ ਹੈ। ਭਾਰਤੀ ਜਰਾਸੀਮ ਕਹਿ ਲਓ ਕਿ ਜਿਹੜੀ ਬਾਹਰੋਂ ਬਿਮਾਰੀ ਅਟੈਕ ਕਰਦੇ ਨੇ ਜਰਾਸੀਮ, ਉਹਨਾਂ ਨਾਲ ਲੜਦੇ ਨੇ ਅਸੀਂ, ਤਾਂ ਉਹ ਚੀਜ਼ ਅੰਦਰ ਭੇਜ ਰਹੇ ਨਾ ਬੈਕਟੀਰੀਆ ਵਗੈਰਾ। ਅਤੇ ਤੁਸੀਂ ਉਹਨੂੰ ਕੀ ਕਰੋਗੇ, ਤੁਸੀਂ ਉਹਨੂੰ ਕਿਸੇ ਮਿੱਟੀ ਵਾਲੇ ਇਹੋ ਜਿਹੀ ਜਗ੍ਹਾ ਤੁਸੀਂ ਉਹਨੂੰ ਸੁੱਟੋ, ਜ਼ਾਇਆ ਕਰ ਦਿਉ, ਠੀਕ ਹੈ। ਉਸ ਤੋਂ ਬਾਅਦ ਕੋਈ ਇਹਨੂੰ ਮਤਲਬ ਕਿ ਕੋਈ ਉਸ ਤੋਂ ਬਾਅਦ ਦੁਨੀਆ ਕਹਿੰਦੀ ਨਾ ਤਾਕਤ ਵਾਲੀਆਂ ਚੀਜ਼ਾਂ ਇੱਧਰ ਉੱਧਰ, ਕੋਈ ਮਤਲਬ ਕਿ ਕੋਈ ਸ਼ਰਤ ਨਹੀਂ ਹੁੰਦੀ, ਤੁਸੀਂ ਸਿਰਫ ਨਾਰਮਲੀ ਇਹਨੂੰ ਉਂਝ ਡੀਲ ਕਰੋ ਜਿਵੇਂ ਤੁਸੀਂ ਉਹਨੂੰ ਅੱਗੇ ਕਰ ਰਹੇ ਹੋ, ਤੁਸੀਂ ਬਸ ਠੀਕ ਹੈ ਤਾਂ ਫੀਡ ਪਾਣੀ ਪੂਰਾ ਕਰੋ, ਅਤੇ ਇਹਨੂੰ ਹੋਰ ਕੋਈ ਮਸਲਾ ਨਹੀਂ ਹੁੰਦਾ। ਅਤੇ ਵੈਕਸੀਨ ਕੋਸ਼ਿਸ਼ ਕਰੋ ਕਿ ਠੰਡੇ ਵਾਲੇ ਦਿਓ, ਜਾਂ ਸੁਬਹਾ ਸੁਬਹਾ ਦਿਓ, ਅਤੇ ਜਾਂ ਤੁਸੀਂ ਰਾਤ ਨੂੰ ਦੇ ਦਿਓ। ਕੋਸ਼ਿਸ਼ ਕਰੋ ਰਾਤ ਨੂੰ ਹੀ ਦੇ ਦਿਓ, ਕਿਉਂਕਿ ਕਾਫੀ ਜ਼ਿਆਦਾ ਲੋਕ ਰਾਤ ਨੂੰ ਹੀ ਪ੍ਰੈਫਰ ਕਰਦੇ ਨੇ, ਅਤੇ ਰਾਤ ਨੂੰ ਦੇ ਦਿਓ।
ਅਤੇ ਗਰਮੀ 'ਚ ਨਾ ਦਿਓ, ਬਾਹਰ 'ਚ ਫੁੱਲ ਧੁੱਪ ਲੱਗੀ ਹੋਵੇ ਤਾਂ ਫਿਰ ਕੋਸ਼ਿਸ਼ ਕਰੋ ਨਾ ਦਿਓ, ਕਿਉਂਕਿ ਉਹ ਨਾ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਵੈਕਸੀਨ ਦੇ ਉੱਤੇ ਲਿਖਿਆ ਹੁੰਦਾ ਕਿ ਰਾਤ ਨੂੰ ਨਹੀਂ ਦੇਣੀ, ਉਦੋਂ ਅਸਲ ਦੇ ਵਿੱਚ 2-2.5 ਘੰਟੇ ਚੂਚੇ ਨੂੰ ਤਰਾਈ ਰੱਖਣਾ, ਉਹ ਫਿਰ ਕੰਮ ਨਹੀਂ ਠੀਕ ਹੁੰਦਾ ਨਾ। ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਰਾਤ ਨੂੰ ਦਿਓ, ਤੁਸੀਂ ਸ਼ਾਮ ਨੂੰ ਪਾਣੀ ਚੁੱਕ ਦਿਓ ਅਤੇ ਇਸ਼ਾ ਟਾਈਮ ਵੇਲੇ ਤਕਰੀਬਨ ਤੁਸੀਂ ਨਾ ਇਹਨੂੰ ਨਾ ਦੁਬਾਰਾ ਪਾਣੀ ਛਾਣੀ ਵੈਕਸੀਨ ਵਾਲਾ ਲਾ ਦਿਓ, ਠੀਕ ਹੈ। ਇਹ ਕੁਛ ਮੇਨ ਤਰੀਕਾਕਾਰ ਨੇ ਜੋ ਮੁਰਗੀ ਦੇ ਨੇ। ਬੱਤਖ ਨੂੰ ਤੁਹਾਨੂੰ ਦੱਸਿਆ ਕੋਈ ਡਿਜ਼ੀਜ਼ ਨਹੀਂ ਹੁੰਦਾ, ਠੀਕ ਹੈ। ਤੁਸੀਂ ਸਿਰਫ ਇਹਨੂੰ ਇੱਕ ਵਿਟਾਮਿਨ ਵਗੈਰਾ ਦੇ ਲਓ, ਕੈਲਸ਼ੀਅਮ ਵਗੈਰਾ ਦੇ ਲਓ, ਉਹ ਇਹਦੇ ਲਈ ਬਿਹਤਰ ਹੈ, ਉਹ ਇਹਦੇ 'ਤੇ ਅਸਰ ਕਰਦਾ, ਠੀਕ ਹੈ। ਅਤੇ ਹੋਰ ਇਸ ਤੋਂ ਇਲਾਵਾ ਮੁਰਗੀ ਨੂੰ ਜਿਹੜੀ ਇੱਕ ਬੇਸਿਕ ਹੈਗੀ ਨਾ ਵੈਕਸੀਨ, ਹੋਰ ਕੋਈ ਵੀ ਨਹੀਂ ਹੈ, ਇਹ ਬੇਸਿਕ ਹੀ ਨੇ ਜਿਹੜੇ ਮੈਂ ਤੁਹਾਨੂੰ ਦੱਸਦੀਆਂ ਨੇ, ਠੀਕ ਹੈ। ਇਸ ਤੋਂ ਇਲਾਵਾ ਐਕਸਟਰਾ ਵੈਕਸੀਨਾਂ ਹੈ ਨੇ, H9 ਵਗੈਰਾ ਹੈ ਨੇ, ਗੰਬੋਰੋ ਪਲੱਸ ਵਗੈਰਾ ਹੈ ਨੇ, EDS ਵਗੈਰਾ ਹੈ ਨੇ, ਉਹਨਾਂ ਦੀ ਜੋ ਜ਼ਰੂਰਤ ਵੀ ਉਦੋਂ ਕਰੀਦੀਆਂ ਨੇ, ਐਵੇਂ ਬਿਲਾ ਵਜ੍ਹਾ ਕੀ ਫਾਇਦਾ ਹੋਣ, ਮੈਨੂੰ ਕੁਛ ਵੀ ਨਹੀਂ ਹੈਗਾ, ਨਾ ਮੈਂ ਬਿਮਾਰ ਹਾਂ ਨਾ ਮੈਨੂੰ ਜ਼ਰੂਰਤ ਹੈ, ਅਤੇ ਮੈਂ ਐਵੇਂ ਪੈਰਾਡੋਲ ਦੀਆਂ ਗੋਲੀਆਂ ਖਾਈ ਜਾਵਾਂ, ਉਹ ਹਿਸਾਬ ਹੋ ਜਾਂਦਾ। ਅਤੇ ਤੁਸੀਂ ਉਹਨੂੰ ਜੇ ਜ਼ਰੂਰਤ ਨਹੀਂ ਨਾ ਹੈ ਤਾਂ ਉਹਨੂੰ ਬਸ ਠੀਕ ਹੈ ਫਿਰਨ ਟੁਰਨ ਦਿਓ। ਅਤੇ ਵੈਕਸੀਨ ਉਦੋਂ ਕਰਨੀ ਚਾਹੀਦੀ ਜਦੋਂ ਤੁਹਾਡੇ ਕੋਲ ਚੂਜ਼ਾ ਘੱਟੋ ਘੱਟ 100 ਤੋਂ ਉੱਤੇ ਹੋਵੇ, ਜੋ 100 ਤੋਂ ਥੱਲੇ ਵੇ ਨਾ ਫਿਰ ਉਹਨੂੰ ਵੈਕਸੀਨ ਦੀ ਕੋਈ ਨਹੀਂ ਇੰਨੀ ਖਾਸ ਜ਼ਰੂਰਤ ਹੈਗੀ, ਤੁਸੀਂ ਸਿਰਫ ਉਹਨੂੰ ਨਾਰਮਲੀ ਤੁਸੀਂ ਉਹਨੂੰ ਕੇਅਰ ਕਰੋ ਉਹਦੀ, ਉਹਨੂੰ ਕੁਛ ਵੀ ਨਹੀਂ ਹੁੰਦਾ, ਠੀਕ ਹੈ। ਇਸੇ ਤਰ੍ਹਾਂ ਫਿਰ ਇੱਥੇ ਵੀਡੀਓ ਦਾ ਐਂਡ ਕਰਨਾ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ, ਉਹ ਫਿਰ ਲੰਬੀ ਵੀਡੀਓ ਫਿਰ ਕਈ ਦੋਸਤ ਭਰਾ ਵਹਿੰਦੇ ਨਹੀਂ ਹੈ, ਉਹ ਕਹਿੰਦੇ ਨੇ ਯਾਰ ਇੰਨੀ ਲੰਬੀ ਵੀਡੀਓ ਕਰੇ ਕੀ ਹੋਏਗਾ ਅੰਦਰ। ਉਹ ਅਸਲ ਦੇ ਵਿੱਚ ਜਦੋਂ ਕੋਈ ਇਨਫੋਰਮੇਸ਼ਨ ਕੋਈ ਜ਼ਰਾ ਕੋਈ ਇੰਜ ਦੀ ਕੋਈ ਗੱਲਬਾਤ ਹੋਏ ਨਾ, ਤਾਂ ਫਿਰ ਵੀਡੀਓ ਬਦੋ ਬਦੀ ਲੰਬੀ ਹੋ ਜਾਂਦੀ ਹੈ। ਅਤੇ ਬਾਕੀ ਇਨਸ਼ਾਅੱਲਾ ਦੋਸਤਾਂ ਭਰਾਵਾਂ ਨੂੰ ਵੀਡੀਓ ਪਸੰਦ ਆਏਗੀ, ਜੇ ਪਸੰਦ ਆਇਆ ਤਾਂ ਚੈਨਲ ਲਾਈਕ ਸਬਸਕ੍ਰਾਈਬ ਕਰੋ ਅਤੇ ਆਪਣਾ ਢੇਰ ਸਾਰਾ ਖਿਆਲ ਰੱਖੋ, ਦੁਆਵਾਂ 'ਚ ਯਾਦ ਰੱਖੋ ਅਤੇ ਕੰਮਾਂ ਕਾਰਾਂ 'ਤੇ ਧਿਆਨ ਨਾਲ ਜਾਇਆ ਕਰੋ, ਠੀਕ ਹੈ। ਓਕੇ ਕਰੋ ਫਿਰ, ਅੱਲਾ ਹਾਫਿਜ਼।